लो जी, आपां करती हुण कैलगरी दे ट्रिप दी तैयारी। ते छुट्टियां हुण शुरू ने अज तों, ते आपां चलिया कैलगरी नूं नाल अपने सुरेंद्र बिंदर जी। ते सगों तां इत्थे ही बहुत है कैलगरी, हुण पता नहीं की रंग दिखाओ आपां। लो जी बिंदर साहब, सत श्री अकाल जी। सत श्री अकाल जी, आपां निकल आए हां हुण कैमलूप तों। ਆਪਾਂ ਕੈਮਲੂਪ ਤੋਂ ਚੱਲ ਪਏ ਜੀ। ਕੈਮਲੂਪ ਤੋਂ ਚੱਲ ਪਏ ਹਾਂ ਅਤੇ ਰਸਤੇ 'ਚ ਦੇਖਦੇ ਕੁਛ ਨਹੀਂ ਹੈਗਾ, ਵਿਜੀਬਿਲਟੀ ਬਹੁਤ ਹੀ ਘੱਟ ਹੋਈ ਪਈ ਹੈ। ਵਿਜੀਬਿਲਟੀ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ ਜੀ। ਜ਼ਿਆਦਾ ਘੱਟ ਹੈ, ਵਿਜੀਬਿਲਟੀ ਘੱਟ ਹੋਣ ਨਾਲ ਜੇ ਰਸਤੇ 'ਚ ਆਪਾਂ ਦੇਖਿਆ ਕਿੰਨੇ ਟਰੱਕਾਂ ਦੇ ਐਕਸੀਡੈਂਟ ਹੋਏ ਪਏ, ਕਾਰਾਂ ਦੇ ਹੋਏ ਪਏ ਆ। ਹਾਂ, ਐਕਸੀਡੈਂਟ ਬਹੁਤ ਹੋਏ ਪਏ ਨੇ ਮਹਾਰਾਜ, ਮਿਹਰ ਕਰੇ ਸਾਰੇ ਟਰੱਕ ਡਰਾਈਵਰਾਂ 'ਤੇ, ਪਰ ਹਾਲ ਕੋਈ ਨਹੀਂ, ਬਹੁਤ ਜ਼ਿਆਦਾ ਬੁਰਾ ਹਾਲ ਹੈ। ਟੈਂਪਰੇਚਰ ਮਾਈਨਸ ਦੇ ਵਿੱਚ ਆ ਜੀਏ ਤਾਂ, ਹਾਂਜੀ ਆ ਦੇਖੋ ਟੈਂਪਰੇਚਰ ਜਿਹੜਾ ਚੱਲ ਰਿਹਾ -17 ਚੱਲ ਰਿਹਾ ਹੁਣ, 17 ਮਾਈਨਸ -17। ਗੋਲਡਨ ਦਾ ਵੀ ਬਹੁਤ ਦੂਰ ਹੈ ਯਾਰ, ਗੋਲਡਨ 190 ਕਿਲੋ ਇੱਥੇ ਹੀ ਹੈ। ਮਿੰਨੀ ਪੰਜਾਬ ਹੈ ਇਹ ਕਹਿ ਲਓ। ਹਾਂ, ਮਿੰਨੀ ਪੰਜਾਬ ਇਹਨੂੰ ਪਤਾ, ਹੜ੍ਹ ਵੀ ਇੱਥੇ ਆਏ ਸੀ ਪਿਛਲੇ ਸਾਲ। ਹਾਂਜੀ, ਕਿਉਂਕਿ ਇਹ ਨੀਵਾਂ ਹੈ, ਪੱਧਰ ਹੈ ਨਾ ਸਾਰਾ ਇਹ। ਉਹ ਜਿੱਥੇ ਆਪਾਂ ਜਾ ਰਹੇ ਹਾਂ ਉੱਧਰ ਅੱਗੇ ਪਹਾੜੀ ਆ, ਉਹ ਵਿੱਚ ਹੈ ਉੱਚਾ। ਜਿੱਥੋਂ ਪਿੱਛੋਂ ਆਪਾਂ ਆਏ ਹਾਂ ਉੱਥੇ ਵੀ ਪਹਾੜੀ ਹੈ, ਉਹ ਵੀ ਉੱਚਾ। ਇਹ ਸੈਂਟਰ ਆ ਗਿਆ, ਪਲੇਨ ਆ ਇੱਥੇ, ਤੁਹਾਨੂੰ ਪਤਾ ਜਿੱਥੇ ਆਪਣੇ ਭਾਈ ਖੇਤੀ ਕਰਦੇ ਨੇ, ਤਾਂ ਫਿਰ ਉਹਨੂੰ ਪੱਧਰਾ ਕਰ ਲੈਂਦੇ ਨੇ ਨਾ ਆਪਣੇ ਵਾਲੇ, ਤਾਂ ਥਾਲੀ ਮਾਰਵੀ ਕਰ ਦਿੰਦੇ ਲਾ ਕੇ ਕੰਪਿਊਟਰ ਕਰਾ। ਹਾਂਜੀ ਹਾਂਜੀ, ਇੱਥੇ ਜਿੰਨੇ ਆਪਣੇ ਪੰਜਾਬੀਆਂ ਦੇ ਖੇਤ ਨੇ ਕੋਈ ਉੱਚਾ ਨਹੀਂ ਮੰਨੀ, ਸਭ ਦਰਖਤ ਲੋਕ ਛਾਂਗ ਦੇ ਮਾਰੇ ਪੁੱਤਾਰੇ ਲੈ ਕੇ ਬਾਨੇ ਬੁਨੇ। ਬਿਲਕੁਲ ਬਿਲਕੁਲ, ਹਾਂਜੀ ਗੋਰਿਆਂ ਦੇ ਖੇਤਾਂ 'ਚ ਅਜੇ ਖੜੇ ਨੇ, ਉਹ ਨਹੀਂ ਛੇੜਦੇ ਨਾ ਆਪਣੇ। ਇਹ ਲੋਕ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ ਜੀ, ਕੁਦਰਤ ਦੀ ਕੋਈ ਚੀਜ਼ ਨਹੀਂ ਛੇੜਦੇ। ਅਸੀਂ ਜਿੱਥੇ ਪਹੁੰਚ ਜਾਂਦੇ ਹਾਂ ਫਿਰ ਸਾਡੇ, ਸਾਨੂੰ ਕੋਈ ਰੇਖਾ ਲੱਗਦਾ ਵੀ ਟਰੈਕਟਰ ਮੋੜਨਾ ਨਾ ਪਵੇ ਜਿੱਧਰ ਨੂੰ ਛੱਡਤਾ, ਠੀਕ ਹੈ। ਉਹ ਆਪਾਂ ਪਾਰ ਕਰ ਚੱਲੇ ਹਾਂ ਹੁਣ ਐਬਸਫੋਰਡ, ਹਾਂਜੀ ਅਗਲਾ ਸ਼ਹਿਰ ਫਿਰ ਤੁਹਾਨੂੰ ਫਿਰ ਦਿਖਾਉਣੇ ਆ। ਜੇ ਆਹ ਸਾਹਮਣੇ ਆ ਮੌਲਸਨ, ਇੱਥੇ ਬੀਅਰ ਦੀ ਫੈਕਟਰੀ ਹੈ ਜੀ, ਆਹ ਜਿਹੜੀ ਵੈਨਕੂਵਰ ਸੀ ਉੱਥੋਂ ਪੱਟ ਕੇ ਇੱਥੇ ਲੈ ਕੇ ਲਾਈ ਇਹਨਾਂ ਨੇ ਹੁਣ। ਅੱਛਾ, ਮੌਲਸਨ ਬੀਅਰ ਹੈ ਨਾ, ਬਹੁਤ ਚੱਲ ਗਈ। ਹਾਂਜੀ, ਲਓ ਜੀ ਆਪਾਂ ਪਹੁੰਚ ਗਏ ਕੈਮਲੂਪ, ਅਤੇ ਹੁਣ ਕਰਦੇ ਹਾਂ ਖਾਣ ਪੀਣ ਦਾ ਜੁਗਾੜ, ਰਾਤ ਆਪਾਂ ਇੱਥੇ ਹੀ ਰਹਿਣਾ ਅੱਜ। ਉਹ ਸਾਹਮਣੇ ਹੈਗਾ ਠੇਕਾ ਦੇਸੀ, ਅੰਗਰੇਜ਼ੀ ਹੈ ਠੇਕਾ ਦੇਸੀ ਦਾਰੂ ਹੈ, ਗੋਲਡ ਬੀਅਰ ਐਂਡ ਵਾਈਨ। ਕਿਆ ਬਾਤ ਹੈ, ਠੰਡ ਬਹੁਤ ਹੈ, ਇਹ ਤੋਂ ਬਿਨਾਂ ਫਿਰ ਗੱਲ ਵੀ ਨਹੀਂ ਬਣਨੀ ਹੈ। ਚੱਲਦੇ ਹਾਂ ਆਪਾਂ ਅੰਦਰ, ਇਹ ਹੁਣ ਪਤਾ ਨਹੀਂ ਠੇਕਾ ਵੀ ਤੁਹਾਨੂੰ ਦਿਖਾ ਦਿੰਦਾ ਜੇ ਕੋਈ ਇਹਨਾਂ ਦੀ ਮਨਾਹੀ ਨਾ ਹੋਈ। ਮਨਾਹੀ ਤਾਂ ਕੀ ਹੋਈ ਹੈ, ਚੱਲ ਉਹ ਤਾਂ ਮੁੰਡਾ ਵੀ ਆਪਣੇ ਖੜਾ ਲਗਾ, ਆਪਣੇ ਤੋਂ ਭਾਵ ਵੀ ਪੰਜਾਬੀ ਹੈ। ਹੈਲੋ, ਲੈ ਇਹ ਆ ਕਨੇਡਾ ਦਾ ਠੇਕਾ, ਆ ਭਾਂਤ ਭਾਂਤ ਦੀ ਦੁਨੀਆ ਦੀ ਸ਼ਰਾਬ ਪਈ ਹੈ ਇੱਥੇ, ਦੁਨੀਆ ਭਰ ਦੀ ਬੀਅਰ ਅਤੇ ਵਾਈਨ, ਐਡੇ ਐਡੇ ਠੇਕੇ ਨੇ। ਲੈ ਇਹ ਬਿੰਦਰ ਸਾਹਿਬ ਲੱਗੇ ਨੇ ਚੂਜ ਕਰਨ, ਕਿਹੜੀ ਹੈ ਇਹ ਵਾਈਜ਼ਰ, ਜੇ ਪੀ ਵਾਈਜ਼ਰ, ਇਹਦੀ ਕੀ ਖਾਸੀਅਤ ਹੈ ਯਾਰ ਜਨਾਬ? ਸਿਰ ਨਹੀਂ ਦੋਹਦਾ, ਡਰਾਈਵਰਾਂ ਵਾਸਤੇ ਵਧੀਆ ਚੀਜ਼ ਹੈ। ਚਲੋ ਫਿਰ ਕਾਊਂਟਰ 'ਤੇ ਦੇਖ ਲਓ, ਬੀਅਰ ਜੇ ਮਿਲ ਜਾਂਦੀ ਤਾਂ ਚੰਗੀ ਗੱਲ ਸੀ, ਕਿਉਂਕਿ ਆ ਜ਼ਿਆਦਾ ਖਰਾਬ ਕਰਦੇ, ਫਿਰ ਮੈਂ ਤਾਂ ਉੱਠਿਆ ਨਹੀਂ ਜਾਣਾ। ਬਡਵਾਈਜ਼ਰ ਕਿੱਧਰ ਆ ਵੀਰੇ, ਉਹ ਤਾਂ ਪੰਜਾਬੀ ਹੈ ਹੁਣ, ਜਿਵੇਂ ਸ਼ਰਮਾ ਕਹਿੰਦਾ ਉਹ ਇਹ ਤਾਂ ਪੰਜਾਬੀ ਆ। ਬਡਵਾਈਜ਼ਰ ਵੱਡੀ ਕਹਿਣ ਲੱਗ ਗਈ, ਇੱਕ ਦੋ, ਹਾਂ ਦੋ ਵੱਡੀਆਂ ਲੈ ਲੈਣੇ ਬਸ, ਸੱਜ ਲੈਣਾ ਅਤੇ ਆ ਇੱਕ 6 ਵਾਲਾ ਕਹਿਣ ਤੱਕ ਲੈਂਦੇ ਆ, ਨਹੀਂ ਤਾਂ 10 ਦੀਆਂ ਦੋ 6 ਵਾਲਾ ਲੈ ਲੈ। ਲਓ ਜੀ ਬਿੰਦਰ ਸਾਹਿਬ ਨੇ ਖੋਲ੍ਹ ਲਿਆ ਫਰਿੱਜ, 6 ਹੋਣਗੀਆਂ 6, ਚੱਕੋ ਜੀ ਆਪਣਾ ਹੋ ਗਿਆ ਰਿਵਾਜ਼ ਜੁਗਾੜ।
दुनिया भर की शराब इतों मिलती है, पुरानी तो पुरानी 20-20 साल पुरानी भी मिल जाती है, 30-30 साल पुरानी भी मिल जाती है ना भीर। किन्ने किन्ने साल पुरानी इतने मिल जाती है अपने को? 12 साल 18 साल है, बड़ी पुरानी पुरानी शराब मिलती है, उसके उत्ते लिखा होंगे भी इन्नी पुरानी है। तो भांत दियाँ किन्ने की पैगी है बोतल? हाँ जी, किन्ने की है? किन्ने डॉलर की? $43 करो जी गुणा पंजाब वाले 62 रुपया ना है। ओके वीर, थैंक यू। बाबू जी बहुत वधिया व्यू है, होटलों का एरिया देखो किन्ने वधिया होटल ने, होटल भी ने, ते स्नो भी आने लग गई, ते जल्दी अपन निकल चलिए बैड ते पहुंची है रजाई च। हैं भाई नु पुछ के आ जा देसी खाना की। हां कुछ। ओके जी, किन्ने दी पै गई है बोतल? हां जी, किन्ने दी है? किन्ने डॉलर दी? $43 करो जी गुणा पंजाब वाले 62 रुपया ना है। ओके वीर, थैंक यू। लो जी आपां पहुंच गए जैका रेस्टोरेंट ते, इत्थों चकना पाउणा फूड। ये कैमलूप दा वधिया इंडियन रेस्टोरेंट है, बहुत वधिया खाना बनाउंदे ने इह, सानूं किसे ने दस्सिया सी ते तां ही इत्थे लैणा आ। ते बिंदर साहब अंदर खाना चकन गए होए ने, ते आपां इहनां दी मशहूरी करन लग पए। जैका लो जी, सवेर दे बजे ने 7 ते आपां छड चले होटल, ਵਿੰਦਰ ਸਾਹਿਬ ਗੱਡੀ ਚੜ੍ਹਾਉਣ ਲੱਗੇ ਨੇ ਅਤੇ ਗੱਡੀ ਦਾ ਹਾਲ ਹੋਇਆ ਪਿਆ, ਆਹਾ ਗੱਡੀ ਚੜ੍ਹ ਨਹੀਂ ਰਹੀ, ਸਾਡੀ ਕਾਰ ਪਿੱਛੇ ਨੂੰ ਭੱਜਦੀ ਹੈ ਅਤੇ ਅੱਗੇ ਨੂੰ ਤਿਲਕਦੀ ਹੈ, ਦੇਖੀ ਜਾਂਦੀ ਹੁਣ ਭਜਾ ਕੇ ਲਿਆਊਗਾ ਦੂਰੋਂ। ਆਪਣੇ ਕੋਲ ਹੈਗੀ ਵਿੰਦਰ ਸਾਹਿਬ ਔਡਰ ਕਰਨਗੇ, ਇੱਥੇ ਔਡਰ ਕੀਤਾ ਜਾਂਦਾ ਕੌਫੀ। Give me 2 small double double please. Small double double, anything else? It's 2. 2 of those? Yeah, 2 double double. Small. Okay. 2 small double double. That's all, thank you so much. Okay, I love to the window. Thanks. Lao ji. Ithe order ho gaya. Oh, Mori jo aapan nu chai phada deni hai na. 2 minutes baad hi bas. Hi, good morning. Yes, please. Hello. Good morning. Good morning. Okay. Lao ji, kaat laya. Paise kitna ne kad le? This one is for free. Oh my God, thank you so much. Welcome. Thank you. Have a good day. Thank you. Yeah, bye now. Yeah. See ya. Banda dekh diya. Nahi 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 nahi. Aagi 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 aagi. Aagi 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 aagi. Aagi 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 aagi. Aagi. Gayi. Chal 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 chal. No. Na na. Aahara. ਫਿਰ ਗਈ ਪਿੱਛੇ ਨੂੰ ਭੱਜ ਗਈ ਹੋਟਲ। ਮੈਂ ਹੁਣ ਬੈਕ ਟਰਾਈ ਕਰਨ ਲੱਗਿਆ ਵੀ ਸਿੱਧੀ ਸਾਈਡ ਨਾ ਚੜ੍ਹਦੀ ਹੋਵੇ, ਬੈਕ ਚੜ੍ਹ ਜੇ ਵੀ ਪੁਰਾਣੇ ਡਰਾਈਵਰਾਂ ਦਾ ਫਿਰ ਇਹੀ ਲੈ ਲੱਗਦਾ ਬਣੂ ਗੱਲ। ਲਓ ਜੀ ਆਪਾਂ ਕਰਤੀ ਹੁਣ ਕੈਲਗਰੀ ਦੇ ਟ੍ਰਿਪ ਦੀ ਤਿਆਰੀ, ਅਤੇ ਛੁੱਟੀਆਂ ਹੁਣ ਸ਼ੁਰੂ ਨੇ ਅੱਜ ਤੋਂ, ਅਤੇ ਆਪਾਂ ਚੱਲਿਆ ਕੈਲਗਰੀ ਨੂੰ ਨਾਲ ਲਿਆ ਆਪਣੇ ਸੁਰਿੰਦਰ ਬਿੰਦਰ ਜੀ, ਅਤੇ ਸਮੂਹ ਤਾਂ ਇੱਥੇ ਹੀ ਬਹੁਤ ਹੈ ਕੈਲਗਰੀ, ਹੁਣ ਪਤਾ ਨਹੀਂ ਕੀ ਰੰਗ ਦਿਖਾਓ ਰੱਬ। ਅਤੇ ਉੱਧਰ ਖੜੀ ਆਪਣੀ ਕਾਲੀ ਹੀ ਨੂੰ ਲੱਦ ਕੇ ਸਾਰਾ ਸਮਾਨ, ਅਤੇ ਇਹਦੇ 'ਚ ਆਪਾਂ ਹੁਣ ਨਿਕਲ ਚੱਲੇ ਹਾਂ। ਆ ਜਾਓ ਜੀ ਫਿਰ, ਹੈਂ
ਤੇ ਸਮਾਨ ਹੀ ਵਾਲਾ ਬੰਨ ਲਿਆ ਨਾਨਕਾ ਮੇਲ ਵਾਲਾ ਵਾਂਗੂ ਨਾਨਕਾ ਮੇਲ ਤਾਂ ਹੀ ਹੈ ਹੈ ਵਿਆਹੂ ਚੱਲੇ ਹੋ ਕਿਤੇ ਨਾਨਕਾ ਮੇਲ ਅੱਛਾ ਨਾਨਕਾ ਮੇਲ ਪਹਿਲਾਂ ਰੱਬ ਦਾ ਨਾਮ ਧਿਆ ਕੇ ਕਹਿੰਦਾ ਫਿਰ ਗੇਰ ਗੱਡੀ ਦਾ ਪਾ ਕੇ ਹੈ ਲਓ ਜੀ ਆਪਣੀ ਇਹ ਕਰੋਲਾ 343 ਹੋ ਗਈ ਹੈ ਕੈਲਗਰੀ ਨੂੰ ਰੈਡੀ ਚਲੋ ਜੀ ਕੈਨੇਡਾ ਦਾ ਨੰਬਰ 1 ਹਾਈਵੇ ਹੈ ਚੜ ਚੁੱਕੇ ਆ ਤੇ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਫਿਲਮ ਦਾ ਗਾਣਾ ਸੀ ਕਦੇ ਨਾ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ਪੁਲਾਂ ਦਾ ਦੇਖ ਲਓ ਜਾਲ ਵਿਛਾਇਆ ਪੈਟਰੋਲ ਟੋਲ ਦਿਖ ਰਹੀ ਉਹ ਦੇਖ ਲੈ ਇੱਕ ਹੋਰ ਆ ਗਿਆ ਬਿੰਦਰ ਸਾਹਿਬ ਸਾਹਮਣੇ ਪਹਾੜੀਆਂ ਆ ਗਈਆਂ ਕਿਹੜੇ ਰੋਡ ਤੇ ਚੱਲੇ ਹੁਣ ਇਹ ਵੀਰ ਜੀ ਹੈਗਾ ਹਾਈਵੇ 1 ਕੈਨੇਡਾ ਦਾ ਜਿਹੜਾ ਹੈਗਾ ਆਪਾਂ ਹੁਣ ਚੱਲੇ ਹਾਂ ਬ੍ਰਿਟਿਸ਼ ਕੋਲੰਬੀਆ ਤੋਂ ਅਲਬਰਟਾ ਨੂੰ ਅੱਛਾ ਸਰੀ ਤੋਂ ਆਪਾਂ ਚੱਲੇ ਸੀ ਤੇ ਪਹੁੰਚਣਾ ਆਪਾਂ ਕੈਲਗਰੀ ਹੈ ਮੈਨੂੰ ਡਰ ਜਿਹਾ ਲੱਗਦਾ ਬਰਫ਼ ਤੋਂ ਡਰੋ ਕੋਈ ਗੱਲ ਨਹੀਂ ਸਾਹਮਣੇ 100 ਕਿਲੋਮੀਟਰ ਹੈਗੀ ਹੈ 100 ਦੀ ਸਪੀਡ ਹੈ ਇਹ ਸਾਹਮਣੇ ਜਿਹੜਾ ਆਪਣੇ ਟਰੱਕ ਜਾ ਰਿਹਾ ਹੈ ਤੇ ਆਹ ਟਰੱਕ ਜਾ ਰਿਹਾ ਇਹ ਟਰੱਕ ਜਾ ਰਿਹਾ ਜੀ ਹਾਂਜੀ ਆਪਣੇ ਖੁੱਲੇ ਟਰੱਕ ਹੁੰਦੇ ਉੱਥੇ ਤਰਪਾਲਾਂ ਪਾਉਣੀਆਂ ਪੈਂਦੀਆਂ ਇਹਦੇ ਪਿੱਛੇ ਡੋਰ ਲੱਗੇ ਆ ਇਹ ਬੰਦ ਹੁੰਦਾ ਤੇ ਇਹਦੇ ਕੁਛ ਨੀ ਪਾਉਣਾ ਪੈਂਦਾ ਤਰਪਾਲ ਟਰੱਕ ਮੈਂ ਦੇਖਿਆ ਨੀ ਕਦੇ ਹੈ ਨੀ ਤਰਪਾਲ ਵਾਲੇ ਵੀ ਟਰੱਕ ਹੁੰਦੇ ਨੇ ਉਹਨੂੰ ਕੁਛ ਹੋਰ ਕਹਿੰਦੇ ਨੇ ਅੱਛਾ ਉਹਦੀ ਤਰਪਾਲ ਜਿਹੜੀ ਆ ਉਹ ਸਾਈਡਾਂ ਤੇ ਇੱਦਾਂ ਮੂਵ ਹੋ ਜਾਂਦੀ ਹੁੰਦੀ ਆ ਅੱਗੇ ਪਿੱਛੇ ਨੂੰ ਜਿਵੇਂ ਪੜਦੇ ਲਾਉਣੇ ਨਾ ਆਪਾਂ ਇਸ ਤਰ੍ਹਾਂ ਹੀ ਹੁੰਦੀ ਆ ਉਹ ਹੈਂਡਲ ਦੇ ਨਾਲ ਆਹ ਸਪੀਡ ਦੇਖੋ ਆ ਗਈ 100 ਦੀ ਇੱਥੇ ਆਪਣੀ ਹੁਣ 100 ਕਿਲੋਮੀਟਰ ਪ੍ਰਤੀ ਘੰਟਾ ਇਹ ਜਿੱਥੇ ਅੱਗੇ ਕਿਤੇ ਕੋਈ ਐਕਸੀਡੈਂਟ ਹੋਊਗਾ ਉੱਥੋਂ ਇਹ ਜਿਹੜੀ ਸਕਰੀਨਾਂ ਸਪੀਡ ਦੱਸਦੀਆਂ ਇਹ ਫਿਰ ਦੱਸਣਗੀਆਂ ਵੀ ਅੱਗੇ ਕੰਜੈਸ਼ਨ ਹੈ ਕੋਈ ਐਕਸੀਡੈਂਟ ਹੋ ਗਿਆ ਅੱਛਾ ਫਿਰ ਆਪਾਂ ਨੂੰ ਕਹਿਣਗੀਆਂ ਸਪੀਡ ਤੁਸੀਂ ਘੱਟ ਕਰ ਦਿਓ ਸਪੀਡ ਘੱਟ ਕਰ ਦਿਓ ਆਪਣੇ ਪੈਚ ਵਰਕ ਹੁੰਦਾ ਇੱਥੇ ਵੀ ਪੈਚ ਵਰਕ ਕਰਦੀ ਹੈ ਸਰਕਾਰ ਘਬਰਾਓ ਨਾ ਇਹ ਪੈਚ ਹੁਣ ਰੱਬ ਨੇ ਲਾਏ ਨੇ ਬਰਫ਼ ਦੇ ਸਨੋਅ ਦੇ ਲਾਏ ਨੇ ਦੇਖੋ ਘਰਾਂ ਦੇ ਨਹੀਂ ਤਾਂ ਇੱਥੇ ਪਈ ਨੀ ਕਦੇ ਮੈਂ ਤਾਂ 2017 ਤੋਂ ਦੇਖ ਰਿਹਾ ਜੀਵਨ ਜ਼ਿਆਦਾ ਠੱਪ ਹੋ ਗਿਆ ਜਨ ਜੀਵਨ ਜੀ ਪੂਰਾ ਅਸਤ ਵਿਅਸਤ ਹੋਇਆ ਪਿਆ ਜਿਹੜੇ ਰੋਡ ਨੇ ਵੱਡੇ ਰੋਡ ਨੇ ਨੈਸ਼ਨਲ ਹਾਈਵੇ ਹੈ ਇਹ ਹਾਈਵੇ ਨੈਸ਼ਨਲ ਹਾਈਵੇ ਹਾਈਵੇ 1 ਕੈਨੇਡਾ ਦਾ ਇਹ ਮੇਨ ਇਹਦੀ ਜਿਹੜੀ ਹੈ ਬੈਕਬੋਨ ਰੀੜ ਦੀ ਹੱਡੀ ਗੱਡੀਆਂ ਭਜਾਉਣ ਦੇ ਕਾਬਲ ਅੱਜ ਇਹ ਕੱਲਾ ਹੀ ਰੋਡ ਹੈ ਬਾਕੀ ਤਾਂ ਸਭ ਤਿਲਕਣਬਾਜੀ ਹੋਈ ਹੈ ਹਾਂਜੀ ਹਾਂਜੀ ਇਹਦੇ ਤੇ ਜ਼ਿਆਦਾ ਧਿਆਨ ਰੱਖਿਆ ਜਾਂਦਾ ਜੇ ਕਿਤੇ ਇਹ ਜਾਮ ਹੋ ਜੇ ਫਿਰ ਤਾਂ ਪਤਾ ਨਹੀਂ ਕਿੱਥੇ ਤੱਕ ਲੈਣਾ ਲੱਗ ਜਾਣਗੇ ਇਹਦੇ ਨਾਲ ਫਿਰ ਸਾਰਾ ਜਿਹੜਾ ਹੈਗਾ ਜੀਵਨ ਪੱਧਰ ਲੋਕਾਂ ਦਾ ਰਹਿਣ ਸਹਿਣ ਹਰ ਚੀਜ਼ ਪ੍ਰਭਾਵਿਤ ਹੁੰਦੀ ਹੈ ਗੱਡੀਆਂ
ਜਾਮ ਲੱਗ ਜਾਣਗੇ ਫਿਰ ਮੇਨ ਸਪਲਾਈ ਚੇਨ ਹੈ ਜੀ ਇਹ ਬ੍ਰਿਟਿਸ਼ ਕੋਲੰਬੀਆ ਦੀ ਅਲਬਰਟਾ ਤੋਂ ਅੱਛਾ ਸਸਕੈਚਵਨ ਤੋਂ ਵਿਨੀਪੈਗ ਤੋਂ ਸਪਲਾਈ ਲਾਈਨ ਜਿੰਨੀ ਟਰੱਕ ਲਾਈਨ ਟਰਾਂਸਪੋਰਟੇਸ਼ਨ ਹੁੰਦੀ ਹੈ ਹਾਂਜੀ ਇਹਦੇ ਰਾਹੀਂ ਹੁੰਦੀ ਹੈ ਨਾ ਹਾਂਜੀ ਆ ਜਾਂਦਾ ਦਰਬਾਰ ਨਾਲ ਆਜ਼ਾਦ ਹੀ ਕੀਤਾ ਹਾਂਜੀ ਹਾਂਜੀ ਇਹਨੂੰ ਕਹਿੰਦੇ ਆ ਫਲੈਟ ਬੈੱਡ ਇਹਨੇ ਸੁਪਰ ਵੀ ਮਤਲਬ ਦੋ ਟ੍ਰੇਲਰ ਇਕੱਠੇ ਪਾਏ ਹੋਏ ਟਰੱਕ ਦੇ ਮਗਰ ਦੋ ਟ੍ਰੇਲਰ ਪਾਏ ਹੋਏ ਨੇ ਹਾਂਜੀ ਹਾਂਜੀ ਇਹਨੂੰ ਕਹਿੰਦੇ ਸੁਪਰ ਵੀ ਇਹਨੂੰ ਸੁਪਰ ਵੀ ਕਹਿੰਦੇ ਹਾਂ ਸੁਪਰ ਵੀ ਕਈਆਂ ਦੇ ਤਿੰਨ ਤਿੰਨ ਵੀ ਪਾਏ ਹੁੰਦੇ ਕਿ ਨਹੀਂ ਹਾਂਜੀ ਵੀ ਟ੍ਰੇਨ ਕਹਿੰਦੇ ਇਹਨਾਂ ਨੂੰ ਵੀਲ ਟ੍ਰੇਨ ਵੀ ਟ੍ਰੇਨ ਵੀ ਟ੍ਰੇਨ ਹਾਂਜੀ ਇਹ ਵੀ ਨਵੀਆਂ ਗੱਲਾਂ ਨੇ ਸਿੱਖੀ ਚੱਲੋ ਬਈ ਵੀ ਟ੍ਰੇਨ ਇਹ ਇੱਥੋਂ ਆਪਣੇ ਪਹਾੜੀ ਸ਼ੁਰੂ ਹੋ ਗਈ ਲਗਭਗ ਅੱਛਾ ਹੁਣ ਆਪਾਂ ਨੂੰ ਕੈਲਗਰੀ ਤੱਕ ਪਹਾੜ ਹੀ ਪਹਾੜ ਆਉਣੇ ਨੇ ਉਹ ਸਾਹਮਣੇ ਪਹਾੜ ਦਿਖ ਰਹੇ ਨੇ ਹਾਂਜੀ ਬਾਹਰੋਂ ਤਾਂ ਨਹੀਂ ਦੇਖਦੇ ਕੁਛ ਕੈਮਰੇ 'ਚ ਵਧੀਆ ਦੇਖਦੇ ਨੇ ਜੇ ਆਉਂਦਾ ਦੇਖੀਏ ਬਾਹਰ ਤਾਂ ਹਨੇਰਾ ਕੈਮਰਾ ਚੰਗੀ ਤਰ੍ਹਾਂ ਕੈਪਚਰ ਕਰ ਰਿਹਾ ਹੈ ਆਪਣਾ ਹਾਂਜੀ ਹਾਂ ਮਤਲਬ ਪੂਰਾ ਮੁੱਲ ਮੋੜ ਰਿਹਾ ਹੈ ਆਪਣਾ ਬਿਲਕੁਲ ਜੀ ਬਿਲਕੁਲ ਜਿਹੜੀ ਅਸੀਂ ਇਨਸਾਨੀ ਅੱਖ ਨਾਲ ਨਹੀਂ ਚੀਜ਼ ਦੇਖ ਸਕਦੇ ਉਹ ਤੁਹਾਡੇ ਜਿਹੜੇ ਕੈਮਰੇ ਦਾ ਲੈਂਸ ਹੈ ਉਹ ਕੈਪਚਰ ਕਰ ਲੈਂਦਾ ਕਰ ਲੈਂਦਾ ਦੇਖੋ ਹੁਣ ਆਪਾਂ ਲਾਈਨ ਚੇਂਜ ਕਰਨੀ ਹੈ ਬੰਦਾ ਹੌਲੀ ਜਾ ਰਿਹਾ ਹੈ ਤੇ ਥੋੜ੍ਹੀ ਜਿਹੀ ਕਿਰਪਾ ਕਰੋ ਬਿੰਦਰ ਸਾਹਿਬ ਮਾੜਾ ਜਿਹਾ ਪਾਣੀ ਮਾਰ ਕੇ ਸ਼ੀਸ਼ਾ ਸਾਫ਼ ਕਰੋ ਉਹਦੇ ਥੋੜ੍ਹਾ ਜਿਹਾ ਕਰੈਕ ਲਾਈ ਜਾਂਦਾ ਲਾਓ ਜੀ ਆਪਾਂ ਚਲਾ ਦੇ ਪਿੰਡ ਸੀਲ ਵਾਈਪਰ ਸ਼ੀਸ਼ਾ ਸਾਫ਼ ਹੋ ਜਾਣਾ ਅਤੇ ਜਿਹੜਾ ਦਿਖਦਾ ਨਹੀਂ ਹੈਗਾ ਵਧੀਆ ਦੇਖਣ ਲੱਗ ਜਾਣਾ ਹਾਂ ਇੱਥੇ ਧਾਲੀਵਾਲ ਤੁਸੀਂ ਦੇਖਿਆ ਹੋਣਾ ਵੀ ਦੇਖਿਆ ਕਾਰਾਂ ਜਿਹੜੀਆਂ ਨੇ ਉਹ ਸਲੋਅ ਜਾ ਰਹੀਆਂ ਅਤੇ ਟਰੱਕ ਤੇਜ਼ ਜਾ ਰਿਹਾ ਕਾਰਾਂ ਨਾਲ ਇਹ ਕੀ ਚੱਕਰ ਹੈ ਇਹ ਚੱਕਰ ਇਹ ਹੈ ਵੀ ਬਾਹਰੇ ਜਿਹੜੀ ਹਵਾ ਦੀ ਸਪੀਡ ਹੈ ਇਸ ਟਾਈਮ ਉਹ ਬਹੁਤ ਹੀ ਜ਼ਿਆਦਾ ਆ ਕਾਰਾਂ ਨੂੰ ਧੱਕਾ ਪੈਂਦਾ ਨਾ ਕਾਰਾਂ ਹਲਕੀਆਂ ਹੋਣ ਕਰਕੇ ਉਹਨੂੰ ਕਾਰਾਂ ਨੂੰ ਧੱਕੇ ਮਾਰਦੀ ਹੈ ਹਵਾ ਅਤੇ ਟਰੱਕ ਭਾਰੀ ਹੈ ਟਰੱਕ ਹਿੱਲਦਾ ਹੈ ਨਹੀਂ ਇਸ ਵਾਸਤੇ ਟਰੱਕ ਆਪਣੀ ਸਪੀਡ 'ਤੇ 100 ਅਤੇ 10 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਹੈਗੀ ਇੱਥੇ ਟਰੱਕ ਦੀ ਜਿੱਥੇ ਆਪਾਂ ਇੱਥੇ ਸਭ ਦੀ ਸਪੀਡ ਇੱਕੋ ਹੀ ਹੁੰਦੀ ਹੈ ਕੈਨੇਡਾ ਦੇ ਵਿੱਚ ਕਾਰ ਦੀ ਵੀ ਟਰੱਕ ਦੀ ਵੀ ਹਾਂਜੀ ਜਿਹੜਾ ਹੈਗਾ ਅਮਰੀਕਾ ਜਿਵੇਂ ਉਹ ਸਾਹਮਣੇ ਲੈ ਕੇ ਆਇਆ 100 ਕਿਲੋਮੀਟਰ ਹਾਂਜੀ ਹੁਣ ਇਹ 100 ਕਿਲੋਮੀਟਰ ਪ੍ਰਤੀ ਘੰਟੇ ਸਪੀਡ ਆ ਗਈ ਇੱਥੇ ਇਹ ਸਾਰਾ ਵੇਰੀਏਬਲ ਸਪੀਡ ਜੋ ਆਉਣਾ ਇੱਥੇ ਕਿਤੇ 100 ਦੀ ਹੋਊਗੀ ਕਿਤੇ 110 ਦੀ ਕਿਤੇ 120 ਦੀ ਗੱਡੀ ਤੁਹਾਡੇ ਕੋਲ ਜਿਹੜੀ ਮਰਜ਼ੀ ਹੈ ਉਹਨਾਂ ਦੇ ਨਾਲ ਹੀ ਜਾਣਾ ਸਪੀਡ ਤੁਹਾਨੂੰ ਜਿਹੜੀ ਹੈਗੀ ਹੈ ਮੇਨਟੇਨ ਰੱਖਣੀ ਪੈਣੀ ਹੈ ਨਹੀਂ ਤਾਂ ਫਿਰ ਜਿਹੜੇ ਦੂਸਰੇ ਜਿਨ੍ਹਾਂ ਨੇ ਤੇਜ਼ ਜਾਣਾ ਜਿੰਨੀ ਸਪੀਡ ਲਿਖੀ ਉਹ 'ਤੇ ਜਾਣਾ ਫਿਰ ਉਹਨਾਂ ਨੂੰ ਡਿਸਟਰਬੈਂਸ ਹੁੰਦੀ ਹੈ ਜਿਵੇਂ ਆਪਾਂ ਹੁਣ ਪਿੱਛੇ ਉਹ ਕਾਰ ਵਾਲਾ ਵਾਇਲੇਸ਼ਨ ਤਾਂ ਹੀ ਬਣਦੀ ਹੈ ਜੇ ਤੁਸੀਂ ਬਹੁਤੇ ਸਲੋਅ ਜਾਂਦੇ ਹੋਗੇ 100 ਦੀ ਸਪੀਡ 'ਤੇ ਤੁਸੀਂ 60 ਤੋਂ ਥੱਲੇ ਜਾਂਦੇ ਹੋ ਤਾਂ ਫਿਰ ਵਾਇਲੇਸ਼ਨ ਹੀ ਹੈ ਅੱਛਾ ਹਾਂਜੀ ਮਤਲਬ ਨਾਲਿਆਂ ਨੂੰ ਤੰਗ ਕਰ ਰਹੇ ਨਾ ਤੁਸੀਂ ਦੂਸਰੇ ਜਿਹੜਾ ਟ੍ਰੈਫਿਕ ਚੱਲ ਰਿਹਾ ਉਹਨੂੰ ਤੁਸੀਂ ਡਿਸਟਰਬ ਕਰ ਦਿਓਗੇ ਹੁਣ ਜਿੱਦਾਂ ਆਪਾਂ ਹੁਣ ਆਪਣੀ ਗੱਡੀ 100 ਤੇ ਲਾ ਕੇ ਬੈਠੇ ਆਪਾਂ ਇਹ ਸਾਰੇ 80-90 ਤੇ ਜਾ ਰਹੇ ਨੇ ਆਪਾਂ ਇਹਨੂੰ ਪਾਸ ਕਰਦੇ ਜਾਂਦੇ ਹਾਂ ਕੈਨੇਡਾ ਡ੍ਰੀਮ ਇਹ ਹੈਗੀ ਜੀ ਕੰਪਨੀ ਹੈ ਜਿਹੜੀ ਆਰਵੀ ਬਣਾਉਂਦੀ ਹੈ ਇਹਨੂੰ ਆਰਵੀ ਕਹਿੰਦੇ ਨੇ ਚੱਲਦਾ ਫਿਰਦਾ ਰੈਜੀਡੈਂਟ ਵਹੀਕਲ ਹੈ ਇਹ ਜਿਹੜਾ ਵਹੀਕਲ ਇਹ 'ਚ ਰਿਹਾਇਸ਼ ਵੀ ਹੁੰਦੀ ਹੈ ਇਹ ਸੜਕ 'ਤੇ ਵੀ ਚੱਲਦਾ ਅੱਛਾ ਇਹਦੇ 'ਚ ਲੈਟਰਨ ਬਾਥਰੂਮ ਹਰ ਚੀਜ਼ ਬੱਚੇ ਹੁੰਦੀ ਹੈ ਬੈਡਰੂਮ ਹੁੰਦੇ ਨੇ ਇਹਦੇ ਸੌਣ ਵਾਸਤੇ ਇਹਦਾ ਇੱਥੇ ਬਹੁਤ ਕਰੇਜ਼ ਹੈ ਨਾ ਇਹਦਾ ਜ਼ਿਆਦਾ ਹੈ ਜੀ ਕਿਉਂਕਿ ਵੈਰੀ ਸਲੋ ਟ੍ਰੈਫਿਕ ਅੱਗੇ ਬਹੁਤ ਸਲੋ 80 ਦੀ ਸਪੀਡ ਹੁਣ ਹੋ ਗਈ ਆਪਣੀ ਅੱਗੇ ਟ੍ਰੈਫਿਕ ਜਿਹੜਾ ਬਹੁਤ ਸਲੋ ਹੈ ਇਹ ਸਾਰੇ ਆਰਵੀ ਪਾਰਕ ਨੇ ਜੀ ਇੱਥੇ ਆਨਲਾਈਨ ਇਹ ਬੁੱਕ ਕਰ ਲੈਂਦੇ ਨੇ ਖੜੀਆਂ ਨੇ ਆਰਵੀਆਂ ਹਾਂਜੀ ਉੱਥੇ ਜਾ ਕੇ ਇਸ ਤਰ੍ਹਾਂ ਲਾਈਨ 'ਚ ਖੜ ਜਾਂਦੇ ਨੇ ਆਪਣੇ ਬਾਥਰੂਮ ਦੇ ਪਾਈਪ ਉੱਪਰ ਉਹਨਾਂ ਦੇ ਸਿਸਟਮ ਨਾਲ ਜੋੜ ਦਿੰਦੇ ਨੇ ਉਹ ਇਹਨਾਂ ਕੋਲ ਇੱਕ ਡੰਪ ਸਟੇਸ਼ਨ ਹੁੰਦਾ ਉੱਥੇ ਸਾਰਾ ਕੁਝ ਜਾ ਕੇ ਉਹਦਾ ਪਾਈਪ ਲਾ ਕੇ ਉਹਨੂੰ ਡੰਪ ਕਰ ਦਿੰਦੇ ਸਭ ਕੁਝ ਥੱਲੇ ਓਕੇ ਹਾਂਜੀ ਪਾਈਪ ਕਨੈਕਸ਼ਨ ਦਿੰਦੇ ਨੇ ਉੱਥੇ ਲਿਖਿਆ ਹੁੰਦਾ ਜੀ ਆਰਵੀ ਡੰਪ ਸਟੇਸ਼ਨ ਉਹਦੇ ਉੱਤੇ ਆਰਵੀ ਖੜੀ ਕਰਦੇ ਨੇ ਉਹਦੇ ਥੱਲੇ ਇੱਕ ਪਾਈਪ ਹੁੰਦਾ
ਉਹ ਸਾਰਾ ਸਿਸਟਮ ਹੁੰਦਾ ਬਸ ਉਹ ਪਾਈਪ ਤੋਂ ਫੜ ਕੇ ਪਾਈਪ ਹੀ ਲਾਉਣਾ ਹੁੰਦਾ ਉੱਤੇ ਉਹਦੇ ਗਲਬ ਦਸਤਾਨੇ ਪਾ ਕੇ ਲਾ ਕੇ ਉਹਦਾ ਉੱਪਰੋਂ ਵਾਲ ਖੋਲ੍ਹ ਦੇਣਾ ਸਾਰਾ ਸਾਫ਼ ਹੋ ਜਾਂਦਾ ਇਹ ਆ ਗਿਆ ਜੀ ਐਬਸਫੋਰਡ ਜਿੱਥੇ ਆਪਣੇ ਪੰਜਾਬੀ ਬੱਸਾਂ ਆ ਗਈ ਲਗਭਗ 80% ਐਬਸਫੋਰਡ ਆ ਗਿਆ ਜੀ ਜਿੱਥੇ ਸਾਰਾ ਖੇਤੀਬਾੜੀ ਦਾ ਫਾਰਮਿੰਗ ਦਾ ਕੰਮ ਆਪਣੇ ਲੋਕ ਕਰਦੇ ਨੇ ਟਰਾਂਸਪੋਰਟਾਂ ਨੇ ਜ਼ਿਆਦਾ ਇੱਥੇ ਲੋਕ ਰਹਿੰਦੇ ਨੇ ਕਿਉਂਕਿ ਲੁਧਿਆਣਾ ਕਹਿ ਲਓ ਉਹਨੂੰ ਹਾਂਜੀ ਹਾਂਜੀ ਸਰੀ ਦੇ ਰਹਿਣ ਦੇ ਖਰਚੇ ਅਤੇ ਵੈਨਕੂਵਰ ਦੇ ਰਹਿਣ ਦੇ ਖਰਚੇ ਅਤੇ ਉਹਨਾਂ ਸ਼ਹਿਰਾਂ ਦੇ ਜਿਹੜੇ ਉੱਥੇ ਜਿਹੜੇ ਹੈਗੇ ਨੇ ਰਹਿਣ ਦੀ ਤੰਗੀ ਹੈ ਬਹੁਤ ਜ਼ਿਆਦਾ ਇਹ ਖੁੱਲ੍ਹਾ ਹੈ ਜਿਵੇਂ ਆਪਾਂ ਪਿੰਡਾਂ 'ਚ ਆ ਗਏ ਉਹ ਚੀਜ਼ ਆ ਗਈ ਇਹ ਅਤੇ ਇੱਥੇ ਨੂੰ ਲੋਕ ਜ਼ਿਆਦਾ ਰਹਿਣ ਨੂੰ ਪਸੰਦ ਕਰਦੇ ਨੇ ਇੱਥੇ ਰੈਂਟ ਵਾਸਤੇ ਵੀ ਘੱਟ ਹੈ ਰੇਟ ਜ਼ਿਆਦਾਤਰ ਵੱਡੇ ਫਾਰਮਰ ਇੱਥੇ ਨੇ ਜ਼ਿਆਦਾ ਫਾਰਮਰ ਇੱਥੇ ਨੇ ਵੱਡੇ ਮਸ਼ੀਨਰੀ ਵਾਲੇ ਵੱਡੇ ਟਰਾਂਸਪੋਰਟਰ ਜ਼ਿਆਦਾਤਰ ਇੱਥੇ ਸਿਸਟਮ ਇੱਥੇ ਹੀ ਹੈ ਮਿੰਨੀ ਪੰਜਾਬ ਹੈ ਇਹ ਕਹਿ ਲਓ ਹਾਂ ਮਿੰਨੀ ਪੰਜਾਬ ਇਹਨੂੰ ਪਤਾ ਹੜ੍ਹ ਵੀ ਇੱਥੇ ਆਏ ਸੀ ਪਿਛਲੇ ਸਾਲ ਹਾਂਜੀ ਕਿਉਂਕਿ ਇਹ ਨੀਵਾਂ ਹੈ ਪੱਧਰ ਹੈ ਨਾ ਸਾਰਾ ਇਹ ਉਹ ਜਿੱਥੇ ਆਪਾਂ ਜਾ ਰਹੇ ਹਾਂ ਉੱਧਰ ਅੱਗੇ ਪਹਾੜੀ ਆ ਉਹ ਉੱਚਾ ਹੈ ਜਿੱਥੋਂ ਪਿੱਛੋਂ ਆਪਾਂ ਆਏ ਹਾਂ ਉੱਥੇ ਵੀ ਪਹਾੜੀ ਹੈ ਉਹ ਵੀ ਉੱਚਾ ਇਹ ਸੈਂਟਰ ਆ ਗਿਆ ਪਲੇਨ ਹੈ ਇੱਥੇ ਤੁਹਾਨੂੰ ਪਤਾ ਜਿੱਥੇ ਆਪਣੇ ਭਾਈ ਖੇਤੀ ਕਰਦੇ ਨੇ ਤਾਂ ਫਿਰ ਉਹਨੂੰ ਪੱਧਰਾ ਕਰ ਲੈਂਦੇ ਨੇ ਨਾ ਆਪਣੇ ਵਾਲੇ ਤਾਂ ਥਾਲੀ ਮਾਰਮੀ ਕਰ ਦਿੰਦੇ ਲਾ ਕੇ ਕੰਪਿਊਟਰ ਕਰਾ ਹਾਂਜੀ ਹਾਂਜੀ ਇੱਥੇ ਜਿੰਨੇ ਆਪਣੇ ਪੰਜਾਬੀਆਂ ਦੇ ਖੇਤ ਨੇ ਕੋਈ ਉੱਚਾ ਨਹੀਂ ਮੰਨੀ ਸਭ ਦਰਖਤ ਲੋਕ ਛਾਂ ਦੇ ਮਾਰੇ ਪੁੱਤਾਂ ਨੇ ਲੈ ਕੇ ਬਾਨੇ ਬੁਨੇ ਬਿਲਕੁਲ ਬਿਲਕੁਲ ਹਾਂਜੀ ਗੋਰਿਆਂ ਦੇ ਖੇਤਾਂ 'ਚ ਅਜੇ ਖੜੇ ਨੇ ਉਹ ਨਹੀਂ ਛੇੜਦੇ ਨਾ ਇਹ ਲੋਕ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ ਜੀ ਕੁਦਰਤ ਦੀ ਕੋਈ ਚੀਜ਼ ਨਹੀਂ ਛੇੜਦੇ ਅਸੀਂ ਜਿੱਥੇ ਪਹੁੰਚ ਜਾਂਦੇ ਹਾਂ ਫਿਰ ਸਾਡੇ ਸਾਨੂੰ ਕੋਈ ਰੇਕਾ ਲੱਗਦਾ ਵੀ ਟਰੈਕਟਰ ਮੋੜਨਾ ਨਾ ਪਵੇ ਜਿੱਧਰ ਨੂੰ ਛੱਡਤਾ ਠੀਕ ਹੈ ਉਹ ਆਪਾਂ ਪਾਰ ਕਰ ਚੱਲੇ ਹਾਂ ਹੁਣ ਐਬਸਫੋਰਡ ਹਾਂਜੀ ਅਗਲਾ ਸ਼ਹਿਰ ਫਿਰ ਤੁਹਾਨੂੰ ਫਿਰ ਦਿਖਾਉਂਦੇ ਹਾਂ ਜੇ ਆਹ ਸਾਹਮਣੇ ਆ ਮੌਲਸਨ ਇੱਥੇ ਬੀਅਰ ਦੀ ਫੈਕਟਰੀ ਹੈ ਜੀ ਆਹ ਜਿਹੜੀ ਵੈਨਕੂਵਰ ਸੀ ਉੱਥੋਂ ਪੱਟ ਕੇ ਇੱਥੇ ਲੈ ਕੇ ਲਾਈ ਇਹਨਾਂ ਨੇ ਹੁਣ ਅੱਛਾ ਮੌਲਸਨ ਬੀਅਰ ਹੈ ਨਾ ਬਹੁਤ ਚੱਲਦੀ ਹਾਂਜੀ ਲਓ ਜੀ ਆਪਾਂ ਪਹੁੰਚ ਗਏ ਕੈਮਲੂਪ ਅਤੇ ਹੁਣ ਕਰਦੇ ਹਾਂ ਖਾਣ ਪੀਣ ਦਾ ਜੁਗਾੜ ਰਾਤ ਆਪਾਂ ਇੱਥੇ ਹੀ ਰਹਿਣਾ ਅੱਜ ਉਹ ਸਾਹਮਣੇ ਹੈਗਾ ਠੇਕਾ ਦੇਸੀ ਅੰਗਰੇਜ਼ੀ ਹੈ ਠੇਕੀ ਦੇਸਾ ਸ਼ਰਾਬ ਠੇਕਾ ਦੇਸੀ ਦਾਰੂ ਹੈ ਗੋਲਡ ਬੀਅਰ ਐਂਡ ਵਾਈਨ ਕਿਆ ਬਾਤ ਹੈ ਠੰਡ ਬਹੁਤ ਹੈ ਇਹ ਤੋਂ ਬਿਨਾਂ ਫਿਰ ਗੱਲ ਵੀ ਨਹੀਂ ਪਾਣੀ ਹੈ ਚੱਲਦੇ ਹਾਂ ਆਪਾਂ ਅੰਦਰ ਅਤੇ ਹੁਣ ਪਤਾ ਨਹੀਂ ਠੇਕਾ ਵੀ ਤੁਹਾਨੂੰ ਦਿਖਾ ਦਿੰਦਾ ਜੇ ਕੋਈ ਇਹਨਾਂ ਦੀ ਮਨਾਹੀ ਨਾ ਹੋਈ ਮਨਾਹੀ ਤਾਂ ਕੀ ਹੋਣਾ ਚੱਲ ਉਹ ਤਾਂ ਮੁੰਡਾ ਵੀ ਆਪਣੇ ਖੜਾ ਲੱਗਦਾ ਆਪਣੇ ਤੋਂ ਭਾਵ ਵੀ ਪੰਜਾਬੀ ਹੈ ਚਲੋ ਲੈ ਇਹ ਆ ਕਨੇਡਾ ਦਾ ਠੇਕਾ ਆ ਭਾਂਤ ਭਾਂਤ ਦੀ ਦੁਨੀਆ ਦੀ ਸ਼ਰਾਬ ਪਈ ਹੈ ਇੱਥੇ ਦੁਨੀਆ ਭਰ ਦੀ ਬੀਅਰ ਅਤੇ ਵਾਈਨ ਐਡੇ ਐਡੇ ਠੇਕੇ ਨੇ ਲੈ ਇਹ ਬਿੰਦਰ ਸਾਹਿਬ ਲੱਗੇ ਨੇ ਚੂਜ ਕਰਨ ਕਿਹੜੀ ਹੈ ਇਹ ਵਾਈਜ਼ਰ ਜੇ ਪੀ ਵਾਈਜ਼ਰ ਇਹਦੀ ਕੀ ਖਾਸੀਅਤ ਹੈ ਯਾਰ ਜਨਾਬ ਸਿਰ ਨਹੀਂ ਦੋਹਰਾ ਡਰਾਈਵਰਾਂ ਵਾਸਤੇ ਵਧੀਆ ਚੀਜ਼ ਚਲੋ ਫਿਰ ਕਾਊਂਟਰ 'ਤੇ ਦੇਖ ਲਓ ਬੀਅਰ ਜੇ ਮਿਲ ਜਾਂਦੀ ਤਾਂ ਚੰਗੀ ਗੱਲ ਸੀ ਕਿਉਂਕਿ ਆਹ ਜ਼ਿਆਦਾ ਖਰਾਬ ਕਰਦੇ ਫਿਰ ਮੈਂ ਤਾਂ ਉੱਠਿਆ ਨਹੀਂ ਜਾਣਾ ਬਡਵਾਈਜ਼ਰ ਕਿੱਧਰ ਆ ਵੀਰ ਉਹ ਤਾਂ ਪੰਜਾਬੀ ਹੈ ਮੁੰਡਾ ਜਿਵੇਂ ਸ਼ਰਮਾ ਕਹਿਣਾ ਉਹ ਇਹ ਤਾਂ ਪੰਜਾਬੀ ਆ ਬਡਵਾਈਜ਼ਰ ਵੱਡੀ ਕਹਿਣ ਲੱਗੀ ਇੱਕ ਦੋ ਹਾਂ ਦੋ ਵੱਡੀਆਂ ਲੈ ਲੈਣ ਬਸ ਸੱਜ ਜਾਣਾ ਅਤੇ ਆਹ ਇੱਕ 6 ਵਾਲਾ ਟਾਈਮ ਤੱਕ ਲੈਂਦੇ ਨਹੀਂ ਤਾਂ 10 ਦੀਆਂ ਦੋ 6 ਵਾਲਾ ਲੈ ਲੈ ਲਓ ਜੀ ਮਿੰਦਰ ਸਾਹਿਬ ਨੇ ਖੋਲ੍ਹ ਲਿਆ ਫਰਿੱਜ 6 ਹੋਣਗੀਆਂ 6 ਹਾਂ ਚੱਕੋ ਜੀ ਆਪਣਾ ਹੋ ਗਿਆ ਰਿਵਾਜ ਜੁਗਾੜ ਦੁਨੀਆ ਭਰ ਦੀ ਸ਼ਰਾਬ ਇੱਥੋਂ ਮਿਲਦੀ ਹੈ ਪੁਰਾਣੀ ਤੋਂ ਪੁਰਾਣੀ 20-20 ਸਾਲ ਪੁਰਾਣੀ ਵੀ ਮਿਲ ਜਾਂਦੀ ਹੈ
30 साल पुरानी भी मिल जाती है ना भी किन्ने किन्ने साल पुरानी भी इतने मिल जाती है अपने को 12 साल 18 साल हैं बड़ी पुरानी पुरानी शराब मिलती है उसके ऊपर लिखा होता है भी इतनी पुरानी है ते पान पान दिया किन्ने दी पैकी है बोतल हाँ जी किन्ने दी है किन्ने डॉलर दी किन्ने डॉलर दी पैकी 43 डॉलर करो जी गुणा पंजाब वाले हो 62 रुपया ना है ओके वीरे थैंक यू जी बहुत बढ़िया व्यू है होटलों का एरिया देखो किन्ने वधिया होटल ने होटल भी ने ते स्नो भी आन लग गई ते जल्दी अपन निकल चलिए बैड ते पहुंची है रजाई च हैं भाई नु पुछ के आ जा देसी खाना के पे हां कुछ ओके जी किन्ने दी पैकी है बोतल हां जी किन्ने दी है किन्ने डॉलर दी किन्ने डॉलर दी पैकी 43 डॉलर करो जी गुणा पंजाब वाले 62 रुपया ना है ओके वीरे थैंक यू लो जी आप पहुँच गए जैका रेस्टोरेंट से इतों चकना पाना फूड ये कैमलूप का वधिया इंडियन रेस्टोरेंट है बहुत वधिया खाना बनाते हैं ये सानू किसी ने दस्या सी तां ही इत्थे लैणा आया तो बिंदर साहब अंदर खाना चकन गए हैं तो आप इन्हां दी मशहूरी करन लग पे जैका लो जी सवेर के बजे ने 7 ते आपां छड चले होटल विंदर साहब गड्डी चढ़ाउण लगे ने ते गड्डी दा हाल होया पे आहा हाय 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 गड्डी चढ़ नहीं रही साडी कार पिछे नूं भजदी है ते अगे नूं तिलकदी है देखी जांदी हुण भजा के लिआउगा दूरों की बणदा देखदे आं नहीं आ गई गई चल 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 नो ना ना हा हा वा ना और फिर गई पिछे भज गई होटल हूँ बैक ट्राई कर लगे हैं भी सीधी शायद ना चढ़ती हो बैग चढ़ जाए तो पुराने ड्राइवर का फिर यही लै लगता बनू गल नहीं जवाब है होटल चाह पीनी है चाह बिस्कुट अपने को है इन्हें सब ऑर्डर करेंगे इतने ऑर्डर किया जाता कॉफी गिव मी टू स्मॉल डबल डबल प्लीज डबल डबल इट्स टू या टू डबल डबल स्मॉल टू स्मॉल डबल दैट्स ऑल थैंक यू सो मच ओके बाय डॉक्टर डविन थैंक यू लाओ जी इतने ऑर्डर हो गया ओ मोरी चो आप चाह फड़ा देनी है ना दो मिनट बाद ही भाई Hi, good morning. Yes, please. Hello. Good morning. Good morning. Okay. लाओ जी कार्ड लाया पैसे इतना ने कट ले This one is for free. अच्छा Oh my God, thank you so much. You're welcome. Thank you. Have a good day. Thank you. Yeah, bye now. Yeah. See ya. Thank you. Bye-bye. Bye-bye. ਇਹ ਚੱਕ ਲਈ ਆਪਾਂ ਚਾਹ ਟਿਮ ਹੋਟਲ ਦੀ ਇਹ ਬਣੀ ਬਣਾਈ ਚਾਹ ਰੈਡੀ ਲਓ ਜੀ ਬੈਨਰ ਸਾਹਿਬ ਸਤਿ ਸ਼੍ਰੀ ਅਕਾਲ ਜੀ
ਸਸਰੀਕਾਲ ਜੀ ਆਪਾਂ ਨਿਕਲ ਆਏ ਆ ਹੁਣ ਕੈਮਲੂਪ ਤੋਂ ਆਪਾਂ ਕੈਮਲੂਪ ਤੋਂ ਚੱਲ ਪਏ ਜੀ ਕੈਮਲੂਪ ਤੋਂ ਚੱਲ ਪਏ ਆ ਤੇ ਰਸਤੇ ਚ ਦੇਖਦੇ ਕੁਛ ਨਹੀਂ ਹੈਗਾ ਵਿਜੀਬਿਲਟੀ ਬਹੁਤ ਹੀ ਘੱਟ ਹੋਈ ਪਈ ਹੈ ਵਿਜੀਬਿਲਟੀ ਘੱਟ ਹੈ ਬਹੁਤ ਜ਼ਿਆਦਾ ਘੱਟ ਹੈ ਜੀ ਜ਼ਿਆਦਾ ਘੱਟ ਵਿਜੀਬਿਲਟੀ ਘੱਟ ਹੋਣ ਵਾਲੀ ਜੇ ਰਸਤੇ ਆਪਾਂ ਦੇਖਿਆ ਕਿੰਨੇ ਟਰੱਕਾਂ ਦੇ ਐਕਸੀਡੈਂਟ ਹੋਏ ਪਏ ਕਾਰਾਂ ਦੇ ਹੋਏ ਪਏ ਆ ਐਕਸੀਡੈਂਟ ਬਹੁਤ ਹੋਏ ਪਏ ਮਹਾਰਾਜ ਮਿਹਰ ਕਰੇ ਸਾਰੇ ਟਰੱਕ ਡਰਾਈਵਰਾਂ ਤੇ ਪਰ ਹਾਲ ਕੋਈ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਟੈਂਪਰੇਚਰ ਮਾਈਨਸ ਦੇ ਵਿੱਚ ਹਾਲੀਏ ਤਾਂ ਹਾਂਜੀ ਆ ਦੇਖੋ ਟੈਂਪਰੇਚਰ ਜਿਹੜਾ ਚੱਲ ਰਿਹਾ ਮਾਈਨਸ 17 ਚੱਲ ਰਿਹਾ ਹੁਣ 17 ਮਾਈਨਸ ਮਾਈਨਸ 17 ਗੋਲਡਨ ਤਾਂ ਇਹ ਬਹੁਤ ਦੂਰ ਹੈ ਯਾਰ ਗੋਲਡਨ 190 ਕਿਲੋਮੀਟਰ ਇੰਨਾ ਚੱਲ ਰਿਹਾ ਹੈ ਤੇ ਪਰ ਜਾ ਰਹੇ ਹਾਂ ਫਿਰ ਵੀ ਹੈਗਾ ਕੋਈ ਹਾਲ ਕੋਈ ਨਹੀਂ ਪਰ ਜਾਣ ਵਾਲਾ ਧੱਕਾ ਹੀ ਕਰ ਰਹੇ ਹਾਂ ਆਪਾਂ ਕੋਈ ਪੈਸੇ ਹੈ ਇਹ ਫਿਰ ਐਡਵਾਈਜ਼ਰੀ ਤਾਂ ਜਿਹੜੀ ਆਪਾਂ ਨੂੰ ਦਿੱਤੀ ਉਹਨਾਂ ਨੇ ਵੀ ਤੁਸੀਂ ਜੇ ਜ਼ਰੂਰਤ ਹੈ ਤਾਂ ਜਾਓ ਨਹੀਂ ਜ਼ਰੂਰਤ ਤਾਂ ਤੁਸੀਂ ਨਾ ਜਾਓ ਸੜਕ ਦੇ ਉੱਤੇ ਕਿਉਂਕਿ ਸੜਕ ਦੇ ਹਾਲਾਤ ਕੋਈ ਬਹੁਤੇ ਵਧੀਆ ਹੈ ਨਹੀਂ ਬਾਹਲੇ ਮਾੜੇ ਹਾਲਾਤ ਪਰ ਆਪਾਂ ਆਪਣੀਆਂ ਜਿਹੜੀਆਂ ਛੁੱਟੀਆਂ ਦੇ ਦਿਨ ਨੇ ਉਹਨੂੰ ਯੂਟੀਲਾਈਜ਼ ਕਰਨਾ ਚਾਹੁੰਦੇ ਹਾਂ ਆਪਾਂ ਉਹਨੂੰ ਵਰਤੋਂ 'ਚ ਲਿਆਉਣਾ ਚਾਹੁੰਦੇ ਹਾਂ ਇਸ ਵਾਸਤੇ ਆਪਾਂ ਸਮਝਦੇ ਹਾਂ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਆਪਾਂ ਜਾਈਏ ਸਰਕਾਰ ਨੇ ਛੁੱਟੀ ਕੀਤੀ ਹੈ ਆਰਾਮ ਕਰਨ ਵਾਸਤੇ ਉਹਨਾਂ ਨੇ ਛੁੱਟੀਆਂ ਘਰੇ ਆਰਾਮ ਕਰੋ ਹਾਂਜੀ ਹਾਂਜੀ ਅਸੀਂ ਕਹਿੰਦੇ ਵੀ ਆਰਾਮ ਨਹੀਂ ਕਰਨਾ ਸਾਡੇ ਕਰਮਾਂ 'ਚ ਆਰਾਮ ਹਜੇ ਹੈ ਨਹੀਂ ਅਤੇ ਅਸੀਂ ਜਾ ਕੇ ਅਸੀਂ ਫਿਰ ਕੁਝ ਕੁਝ ਗਾਂਧੀਵਾਦੀ ਆ ਨਾ ਥੋੜ੍ਹੇ ਜਿਹੇ ਇਸ ਮਾਮਲੇ 'ਚ ਗਾਂਧੀ ਕਹਿੰਦਾ ਸੀ ਵੀ ਆਰਾਮ ਹਰਾਮ ਹੈ ਇਹ ਵੀ ਗੱਲ ਹੈ ਸਾਹਮਣੇ ਵਾਲਾ ਹੁਣ ਨਜ਼ਾਰਾ ਦਿਖਾਉਂਦੇ ਆਪਾਂ ਨਿਕਲ ਚੱਲਿਆ ਲੈਵਲ ਸਟੋਪ ਜੋ ਹੈ ਟ੍ਰੈਵਲ ਸਟੋਪ ਰੇਲਵੇ ਦਾ ਪਲੋਪਰ